ਨਾਭਾ ਜੇਲ੍ਹ ਬ੍ਰੇਕ ਕਾਂਡ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਸਾਜ਼ਿਸ਼ ਰਚਣ ਵਾਲੇ ਗੁਰਪ੍ਰੀਤ ਸਿੰਘ ਉਫ ਗੁਰਮੇਲ ਸਿੰਘ ਵਾਸੀ ਮੰਗੇਵਾਲ ਜ਼ਿਲ੍ਹਾ ਮੋਗਾ ਨੂੰ ਹਥਿਆਰਾਂ ਸਮੇਤ ਪਾਤੜਾ ਤੋਂ ਗ੍ਰਿਫਤਾਰ ਕਰ ਲਿਆ ਹੈ। ਗੁਰਪ੍ਰੀਤ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਫੰਡ ਅਤੇ ਆਪਣਾ ਘਰ ਗੈਂਗਸਟਰਾਂ ਨੂੰ ਮੁਹੱਈਆ ਕਰਵਾਇਆ ਸੀ। ਹੁਣ ਤੱਕ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਸਾਰੀ ਸਾਜ਼ਿਸ਼ ਗੁਰਪ੍ਰੀਤ ਦੇ ਘਰ ਬੈਠ ਕੇ ਰਚੀ ਗਈ ਸੀ। ਇੱਥੋਂ ਤੱਕ ਕਿ ਜੇਲ੍ਹ ਬ੍ਰੇਕ ਕਾਂਡ ਤੋਂ ਇੱਕ ਦਿਨ ਪਹਿਲੇ ਉਸਦੇ ਘਰ ਰਿਹਰਸਲ ਵੀ ਕੀਤੀ ਗਈ ਸੀ। ਉੱਥੋਂ ਹੀ ਵਰਦੀਆਂ ਪਾ ਕੇ ਸਾਰੇ ਲੋਕ ਇਸ ਘਟਨਾ ਨੂੰ ਅੰਜਾਮ ਦੇਣ ਗਏ ਸਨ। ਪੁਲਿਸ ਨੇ ਗੁਰਪ੍ਰੀਤ ਨੂੰ ਨਾਭਾ ਦੀ ਅਦਾਲਤ ਵਿੱਚ ਪੇਸ਼ ਕਰਕੇ 5 ਦਸੰਬਰ ਤੱਕ ਰਿਮਾਂਡ ਹਾਸਲ ਕੀਤਾ ਹੈ। ਉਧਰ ਦੂਜੇ ਪਾਸੇ ਗੁਰਪ੍ਰੀਤ ਦੇ ਘਰ ਵਾਲੇ ਇਸ ਸਾਰੇ ਮਾਮਲੇ ਨੂੰ ਝੂਠਾ ਕਰਾਰ ਦੇ ਰਹੇ ਹਨ। ਹਾਂਜੀ ਹਾਂਜੀ ਸਰ, ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਹੈ? 5-12 ਤੱਕ ਦਾ ਪੁਲਿਸ ਰਿਮਾਂਡ ਮਿਲਿਆ ਵਾ। ਇਹਦਾ ਨਾਮ ਗੁਰਪ੍ਰੀਤ ਸਿੰਘ, ਸਾਨੂੰ ਗੁਰਮੇਲ, ਪਿੰਡ ਮੰਗੇਵਾਲ, ਕਾਲਪੁਰ, ਜ਼ਿਲ੍ਹਾ ਮੋਗਾ। ਕੀ ਆਰੋਪ ਹੈ ਸਰ ਇਹਦੇ ਤੇ? ਕਿਸ ਸਬੰਧੀ ਪੇਸ਼ ਕਰਿਆ ਤੁਸੀਂ? 142 ਨੰਬਰ ਮੁਕੱਦਮੇ 'ਚ, ਜਿਸ 'ਚ ਮੈਕਸੀਮਮ ਡੇਢ ਸਕਿਉਰਟੀ 'ਚੋਂ ਕੈਦੀ ਵੀ ਆਏ ਨੇ, ਉਹ ਪੇਸ਼ ਗ੍ਰਿਫਤਾਰ ਕੀਤਾ। ਉਸ ਦਿਨ ਇਹ ਵਾਰ ਦੇ ਸ਼ਨੀਵਾਰ ਦੀ ਗੱਲ ਹੈ ਜੀ, ਐਤਵਾਰ ਦੀ ਵਾਰਦਾਤ ਆ। ਸ਼ਨੀਵਾਰ ਅਸੀਂ ਰਾਤ ਨੂੰ ਜਾਗੋ 'ਤੇ ਗਏ ਹਾਂ ਜੀ, ਪ੍ਰੋਪਰ ਉੱਥੇ ਵੀਡੀਓ ਪਈ ਹੈ ਜੀ ਸਾਡੀ, ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ ਅਗਲੇ ਦਿਨ ਸੰਡੇ ਅਸੀਂ ਸਿੱਧਾ ਸਾਰੀ ਫੈਮਿਲੀ ਸਾਡੇ ਨਾਲ, ਸਾਡੇ ਰਿਸ਼ਤੇਦਾਰ ਸਾਡੇ ਨਾਲ, ਉੱਥੇ ਪ੍ਰੋਪਰ ਵੀਡੀਓ ਹੈ ਜੀ। ਅਸੀਂ ਵਿਆਹ 'ਤੇ ਗਏ ਸਿਟੀ ਪਾਰਕ, ਮੇਰੇ ਭਾਂਜੇ ਦਾ ਵਿਆਹ ਸੀ ਜੀ, ਠੀਕ ਹੈ ਜੀ। ਇਹ ਮੇਰੇ ਮਾਸੀ ਦਾ ਬੇਟਾ ਜੀ। ਜੋ ਵੀ ਹੋਇਆ ਤੁਸੀਂ ਇਹਦੀ ਪੂਰਾ ਪਹਿਲਾਂ ਉਹ ਕਰੋ ਵੀ ਸੰਤੋਸ਼, ਵੀ ਇਹ ਚੀਜ਼ ਇਹ ਸੀ ਜਾਂ ਨਹੀਂ ਸੀ, ਜਾਂ ਇਹਨੇ ਕੁਛ, ਜਦ ਇਹ ਸੈਟਰਡੇ ਵੀ ਉੱਥੇ ਸੀਗਾ, ਸੰਡੇ ਵੀ ਉੱਥੇ ਸੀਗਾ, ਸੰਡੇ ਵੀ ਇਹ ਵਾਰਦਾਤ ਆ 9:30 ਜੀ। ਸਾਡੇ ਕੋਲ ਵੀਡੀਓ ਪ੍ਰੋਪਰ ਪਈਆਂ ਜੀ, ਸਾਡੇ ਕੋਲ ਕੈਮਰੇ ਲੱਗੇ, ਘਰੇ ਕੈਮਰਿਆਂ ਦੀਆਂ ਹਾਰਡ ਡਿਸਕਾਂ ਸਾਡੇ ਕੋਲ ਪਈਆਂ। ਧੱਕਾ ਨਾ ਹੋਵੇ, ਜੋ ਵੀ ਹੋਵੇ ਇਨਸਾਫ਼ ਹੋਵੇ, ਅਸੀਂ ਰਹੀ ਜਾਣੇ ਆ। ਸਾਡੀ ਤਾਂ ਸੋਧੀ ਜਿਨ੍ਹਾਂ ਨੂੰ ਕਹਿੰਦੇ ਵੀ ਆਇਆ, ਉਹਨਾਂ ਨਾਲ ਤਾਂ ਪਹਿਲਾਂ ਇਹਨਾਂ, ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਕੋਈ ਨਾ ਲਾਉਣ ਦੀ ਸਾਜ਼ਿਸ਼ ਦੇ ਸਬੰਧ ਨਹੀਂ, ਇਹ ਪਾ ਰਹੇ ਨੇ ਵੀ ਇਹਦੇ ਨਾਲ ਰਲ ਕੇ ਵਿੱਚ ਸਾਜ਼ਿਸ਼ ਬਣਾਈ ਆ ਇਹ ਕਾਰਵਾਈ ਕਰਨ ਦੀ। ਦੇਖੋ ਜੀ, ਸੈਟਰਡੇ ਤੇ ਸੰਡੇ ਦੀ ਇਹ ਕਾਰਵਾਈ ਆ। ਸੈਟਰਡੇ ਵੀ ਇਹ ਵਿਆਹ 'ਤੇ ਸੀ ਉੱਥੇ, ਠੀਕ ਆ, ਠੱਠੀ ਭਾਈ, ਠੀਕ ਆ ਜੀ, ਬਾਗੇ ਪੁਰਾਣੇ ਦੇ ਨੇੜੇ ਆ ਜੀ। ਇਸ ਤੋਂ ਬਾਅਦ ਸੰਡੇ ਸਿਟੀ ਪਾਰਕ ਪੈਲੇਸ 'ਚ ਪ੍ਰੋਪਰ ਵੀਡੀਓ ਦੇਖ ਸਕਦੇ ਹੋ। ਜੇ ਸਾਡੇ 'ਤੇ ਵੀ ਕੋਈ ਇਹਨਾਂ ਨੂੰ ਸ਼ੱਕ ਆ ਤਾਂ ਤੁਸੀਂ ਉੱਥੇ ਪੈਲੇਸ ਕੈਮਰੇ ਲੱਗੇ ਆ, ਉਹਨਾਂ ਤੋਂ ਫੁਟੇਜ ਕਢਵਾ ਸਕਦੇ ਹੋ ਤੁਸੀਂ। ਹਾਰਡ ਡਿਸਕ ਉਹਨਾਂ ਤੋਂ ਲੈ ਕੇ, ਸਾਡੇ ਕੋਲ ਸਾਡੇ ਘਰ ਦੀ ਹਾਰਡ ਡਿਸਕ ਵੀ ਪਈ ਕੈਮਰਿਆਂ ਦੀ, ਸਾਡੇ ਕੋਲ ਜਿਹੜੀ ਉੱਥੇ ਪੂਰੀ ਪ੍ਰੋਪਰ ਵੀਡੀਓ ਆਪਣੀ ਮੂਵੀ ਬਣੀ ਉਹ ਅਸੀਂ ਅੱਜ ਰੈਡੀ ਕਰਾ ਲਈ ਆ, ਅਤੇ ਉਹ ਵੀ ਤੁਸੀਂ ਜਦੋਂ ਕੋਈ ਅਰਦਾ। ਨਿਊਜ਼ ਡੈਸਕ ਤੋਂ ਸੋਨੀਆ ਦੇ ਨਾਲ ਨਾਭਾ ਤੋਂ ਰਾਜੇਸ਼ ਬਜਾਜ ਦੀ ਰਿਪੋਰਟ, ਪੰਜਾਬ ਨਾਓ।